ਮੈਂ ਸੰਦੀਪ ਠਾਕੁਰ, ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਦੀਪਨਗਰ। ਮੈਂ ਦਿਵਾਲੀ ਦੇ ਸ਼ੁਭ ਦਿਹਾੜੇ 'ਤੇ ਆਪਣੇ ਸਮੂਹ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾ ਅਤੇ ਲੱਖ ਲੱਖ ਵਧਾਈਆਂ ਦਿੰਦਾ। ਮੈਂ ਪਰਮਾਤਮਾ ਅੱਗੇ ਅਰਦਾਸ ਕਰਨਾ ਕਿ ਇਹ ਦਿਵਾਲੀ ਹਰ ਦੇਸ਼ ਵਾਸੀ ਦੇ ਘਰ ਖੁਸ਼ੀਆਂ ਭਰੀ ਆਵੇ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਨਾ ਕਿ ਦਿਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਏ ਅਤੇ ਦਿਵਾਲੀ ਦਾ ਆਗਾਜ਼ ਮਿੱਟੀ ਦੇ ਦੀਵਿਆਂ ਨਾਲ ਕੀਤਾ ਜਾਵੇ ਅਤੇ ਜਿੰਨਾ ਵੀ ਹੋ ਸਕੇ ਚਾਈਨਾ ਮਟੀਰੀਅਲ ਨੂੰ ਅਵਾਇਡ ਕੀਤਾ ਜਾਵੇ। ਮੈਂ ਫਿਰ ਆਪਣੀ BJP ਪਾਰਟੀ ਵੱਲੋਂ, ਆਪਣੇ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ ਲੱਖ ਲੱਖ ਵਧਾਈਆਂ ਦਿੰਦਾ।